ਚਾਰ ਮਹੀਨੇ ਬਾਅਦ ਇੱਥੇ ਰਹੀ ਆ ਕੁੜੀ, ਉਹਦੇ ਬਾਅਦ ਫਾਈਲ ਲਾਤੀ ਅਤੇ ਬਾਹਰ ਜਾ ਕੇ ਕੋਈ ਉਹਨੇ ਫੋਨ ਨਹੀਂ ਕੀਤਾ, ਕੁਛ ਨਹੀਂ ਕੀਤਾ। ਖੁਸ਼ ਨੇ ਲਾੜਾ ਅਤੇ ਲਾੜੀ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਨੇ, ਲਾਵਾਂ ਫੇਰੇ ਲੈਂਦੇ ਨੇ, ਸਿਰ ਉੱਪਰੋਂ ਦੀ ਚੌਲ ਵਾਰ ਕੇ ਵਿਦਾ ਹੁੰਦੀ ਹੈ ਲਾੜੀ। ਇਹ ਤਾਂ ਸੀ ਵਿਆਹ ਦੀਆਂ ਗੱਲਾਂ। ਵਿਆਹ ਤੋਂ ਕੁਝ ਮਹੀਨੇ ਬਾਅਦ ਮੁੜ ਤੋਂ ਵਿਦਾ ਹੁੰਦੀ ਹੈ ਲਾੜੀ, ਪਰ ਅਜਿਹੀ ਵਿਦਾ ਹੁੰਦੀ ਹੈ ਕਿ ਲਾੜਾ ਹੁਣ ਆਪਣੀ ਪਤਨੀ ਦਾ ਮੂੰਹ ਦੇਖਣ ਨੂੰ ਤਰਸ ਰਿਹਾ। ਨਹੀਂ, ਪਤਨੀ ਨੂੰ ਕੁਝ ਹੋਇਆ ਵੀ ਨਹੀਂ, ਸਗੋਂ ਉਹ ਵਿਦੇਸ਼ ਚਲੀ ਗਈ। ਕਹਿ ਕੇ ਗਈ ਕਿ ਤੈਨੂੰ ਵੀ ਆਪਣੇ ਕੋਲ ਬੁਲਾ ਲਵਾਂਗੀ, ਪਰ ਬੁਲਾਉਣਾ ਤਾਂ ਦੂਰ, ਵਿਦੇਸ਼ ਜਾ ਕੇ ਆਪਣਾ ਫੋਨ ਨੰਬਰ ਤੱਕ ਬਦਲ ਲਿਆ। ਪੀੜਤ ਪਤੀ ਗਗਨਦੀਪ ਸਿੰਘ ਮੁਤਾਬਕ ਉਸ ਦੀ ਘਰਵਾਲੀ ਗਗਨਦੀਪ ਕੌਰ ਜਾਂਦੇ ਜਾਂਦੇ ਸਾਰਾ ਗਹਿਣਾ ਗੱਟਾ ਤਾਂ ਨਾਲ ਲੈ ਹੀ ਗਈ, ਉੱਪਰੋਂ ਜੋ ਉਸ ਨੂੰ ਵਿਦੇਸ਼ ਭੇਜਣ ਦਾ ਖਰਚਾ ਆ ਉਹ ਵੱਖਰਾ। ਕੁੱਲ ਮਿਲਾ ਕੇ ਉਸ ਨਾਲ ਠੱਗੀ ਕਰੀਬ 50 ਲੱਖ ਦੀ ਵੱਜੀਏ। ਦੋਵਾਂ ਦੀ ਲਵ ਮੈਰਿਜ ਸੀ, ਪਿਆਰ ਕਰੀਬ 6 ਸਾਲ ਪੁਰਾਣਾ ਸੀ, ਤਾਂ ਸ਼ੱਕ ਦਾ ਕੋਈ ਮਤਲਬ ਹੀ ਨਾ ਬਣਿਆ। ਪਰ ਹੁਣ ਵਿਦੇਸ਼ ਦੀ ਹਵਾ ਨੇ ਦੋਵਾਂ ਦੇ 6 ਸਾਲਾ ਪਿਆਰ ਨੂੰ ਜਹਾਜ਼ ਦੇ ਪਿੱਛੇ ਹੀ ਕਿਧਰੇ ਉਡਾ ਦਿੱਤਾ। ਗਗਨਦੀਪ ਸਿੰਘ ਹੁਣ ਇਨਸਾਫ਼ ਵੀ ਚਾਹੁੰਦਾ ਹੈ ਅਤੇ ਆਪਣੇ ਪੈਸੇ ਵੀ। ਭਾਈ ਗਗਨਦੀਪ ਕੌਰ ਲੱਟੀ ਨਾਲ ਚੇਲੇ ਦੀ ਰਹਿਣ ਵਾਲੀ, ਉਹ ਮੇਰੇ ਨਾਲ ਕਾਲਜ ਪੜ੍ਹਦੀ ਹੁੰਦੀ ਸੀ ਅਤੇ ਮੇਰਾ ਨਾਮ ਗਗਨਦੀਪ ਸਿੰਘ, ਉੱਥੇ ਸਾਡੀ ਫਰੈਂਡਸ਼ਿਪ ਹੋ ਗਈ ਅਤੇ ਉਸ ਤੋਂ ਬਾਅਦ ਕਾਲਜ ਜਾਣ ਲੱਗ ਪਏ ਅਸੀਂ ਅਤੇ ਫਰੈਂਡਸ਼ਿਪ ਹੋ ਗਈ ਗਗਨਦੀਪ ਨਾਲ। ਉਦੋਂ ਬਾਅਦ 6 ਸਾਲ ਸਾਡੀ ਫਰੈਂਡਸ਼ਿਪ ਰਹੀ। ਉਦੋਂ ਬਾਅਦ ਉਹਨੇ ਆਈਲੈਟਸ ਕਰ ਲਿਆ। ਆਈਲੈਟਸ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਆਪਾਂ ਬਾਹਰ ਦੀ ਫਾਈਲ ਲਾ ਲਾਂਗੇ, ਆਪਾਂ ਮੈਰਿਜ ਕਰਾ ਲਈਏ। ਆਪਣੇ ਘਰ ਉਹਨੇ ਗੱਲ ਕੀਤੀ ਮਾਮੇ ਸ਼ਰਨਜੀਤ ਦੇ SI ਨਾਲ, ਉਹਨੇ ਆ ਕੇ ਫਿਰ ਸਾਡੇ ਘਰ ਆਇਆ, ਗੱਲਬਾਤ ਕੀਤੀ। ਉਦੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ। ਫਿਰ MK ਹੋਟਲ 'ਚ ਉਹਨਾਂ ਵਿਆਹ ਕਰਤਾ ਅਤੇ ਉਦੋਂ ਬਾਅਦ ਘਰ ਆ ਗਏ ਅਤੇ ਜਦੋਂ ਗੱਲਬਾਤ ਹੋਈ ਸਾਰੀ, ਉਦੋਂ ਬਾਅਦ 4 ਮਹੀਨੇ ਬਾਅਦ ਇੱਥੇ ਰਹੀ ਆ ਕੁੜੀ, ਉਦੋਂ ਬਾਅਦ ਫਾਈਲ ਲਾਤੀ ਅਤੇ ਬਾਹਰ ਜਾ ਕੇ ਕੋਈ ਉਹਨੇ ਫੋਨ ਨਹੀਂ ਕੀਤਾ, ਕੁਛ ਨਹੀਂ ਕੀਤਾ। ਕਿੰਨੀ ਦੇਰ ਤੁਹਾਡੇ ਨਾਲ ਰਹੀ ਸੀ? 4 ਮਹੀਨੇ। 4 ਮਹੀਨੇ ਬਾਅਦ ਉੱਥੇ ਨਿਕਲੀ? ਹਾਂਜੀ। ਗਹਿਣਾ ਗੱਟਾ ਵੀ ਲੈ ਗਈ ਨਾਲ? ਗਹਿਣਾ ਗੱਟਾ ਵੀ ਨਾਲ ਲੈ ਗਈ ਆ, ਸਾਰਾ ਕੁਛ, ਜਿਹੜੇ ਪੈਸੇ ਲਾਏ। ਕਿੰਨਾ ਗਹਿਣਾ, ਕਿੰਨਾ ਨੁਕਸਾਨ ਹੋਇਆ? ਕਿੰਨੀ ਅਮਾਊਂਟ ਬਣਦੀ? 25 ਲੱਖ ਦੀ ਅਮਾਊਂਟ ਬਣਦੀ ਜੀ। ਕਿੰਨੀ ਦੇਰ ਹੋ ਗਈ ਉਹਨੂੰ ਬਾਹਰ ਗਏ? ਉਹਨੂੰ ਬਾਹਰ ਗਏ 3 ਸਾਲ ਹੋ ਗਏ। ਅਤੇ ਹੁਣ ਤੁਹਾਨੂੰ ਫੋਨ ਆਇਆ ਕੋਈ? ਕੋਈ ਫੋਨ ਨਹੀਂ, ਕੁਛ ਨਹੀਂ ਆਇਆ। ਜੇ ਉਹਦੇ ਮਾਮੇ ਕੋਲ ਜਾਂਦੇ ਸ਼ਰਨਜੀਤ ਦੇ SI ਕੋਲ, ਉਹ ਅੱਗੋਂ ਧਮਕੀਆਂ ਦਿੰਦਾ, ਉਹਦਾ ਮੇਰੇ ਤੋਂ ਸੈਂਡ ਕਰਾ ਲਓ ਤਲਾਕ ਦੇ, ਉਹਨਾਂ ਨੇ ਕੋਈ ਗੱਲ ਨਹੀਂ ਕਰਨੀ ਤੁਹਾਡੇ ਨਾਲ, ਉਲਟਾ ਮੇਰੇ 'ਤੇ ਪਰਚਾ ਕਰਾਤਾ NDPS ਦਾ ਅਤੇ ਅੱਗੋਂ ਧਮਕੀਆਂ ਦਿੰਦਾ। ਅਜੇ ਹੁਣ ਵੀ ਗਏ ਹਾਂ ਅਤੇ ਉਹ ਕੁਛ ਨਹੀਂ ਪੱਲਾ ਫੜਾਉਂਦਾ। ਹਾਰ ਕੇ ਮਜਬੂਰ ਹੋ ਕੇ ਮੀਡੀਆ ਦਾ ਸਹਾਰਾ ਲੈਣਾ ਪਿਆ ਮੈਨੂੰ। ਮੇਰੇ ਨਾਲ ਨਿਆਂ ਹੋਵੇ ਭਾਅ ਜੀ, ਇਹਨਾਂ ਨੂੰ ਸਜ਼ਾ ਮਿਲੇ, ਜੋ ਵੀ ਬਣਦਾ ਕਾਰਵਾਈ ਕੀਤੀ ਜਾਵੇ ਇਹਨਾਂ ਦੇ। ਗਗਨਦੀਪ ਸਿੰਘ ਥੱਕ ਹਾਰ ਕੇ ਅਤੇ ਇੰਤਜ਼ਾਰ ਤੋਂ ਦੁਖੀ ਹੋ ਕੇ ਹੁਣ ਪੁਲਿਸ ਕੋਲ ਸ਼ਿਕਾਇਤ ਕਰਨ ਨੂੰ ਮਜਬੂਰ ਹੋ ਗਿਆ, ਜਿਸ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵੀ ਮਾਮਲੇ ਦੀ ਤਫਤੀਸ਼ ਵਿੱਚ ਲੱਗ ਗਈ ਹੈ। ਪੁਲਿਸ ਮੁਤਾਬਕ ਉਹਨਾਂ ਵੱਲੋਂ ਕੁੜੀ ਵਾਲੀ ਧਿਰ ਦਾ ਪੱਖ ਵੀ ਜਾਣਿਆ ਜਾਵੇਗਾ ਅਤੇ ਫਿਰ ਹੀ ਕਿਸੇ ਕਾਰਵਾਈ ਨੂੰ ਅੰਜਾਮ ਵਿੱਚ ਲਿਆਂਦਾ ਜਾਵੇਗਾ। ਇਹ ਗਗਨਦੀਪ ਸਿੰਘ ਨੇ ਇੱਕ ਦਰਖਾਸਤ ਦਿੱਤੀ ਹੈ ਥਾਣੇ ਕਿ ਉਹਨੇ ਗਗਨਦੀਪ ਕੌਰ ਨੂੰ ਬਾਹਰ ਭੇਜਿਆ ਅਤੇ ਬਾਹਰ ਪਏ ਉਹ ਕੁੜੀ ਫਾਰਮ ਦੇ ਵਿੱਚ ਹੈਗੀ ਹੈ, ਲੇਕਿਨ ਉਹ ਫੋਨ ਬੰਦ ਕਰ ਚੁੱਕੀ ਹੈ, ਉਸ ਤੋਂ ਬਾਅਦ ਦਾ ਤਾਲਮੇਲ ਕੋਈ ਨਹੀਂ ਹੈਗਾ। 3 ਸਾਲ ਕਹਿੰਦੇ ਹੋ ਚੁੱਕੇ ਸਰ? ਇਹ ਕਹਿੰਦਾ ਕਿ ਮੇਰੇ ਹੀ ਨਾਲ ਉਹਦੀ ਸ਼ਾਦੀ ਹੋਈ ਸੀਗੀ ਅਤੇ ਅੱਜ ਕੱਲ੍ਹ ਉਹ ਮੇਰਾ ਫੋਨ ਨਹੀਂ ਅਟੈਂਡ ਕਰਦੇ ਅਤੇ ਨਾ ਹੀ ਮੇਰੇ ਨਾਲ ਅਨਟੱਚ ਹੈਗੇ ਨੇ। ਉਹਨਾਂ ਨੂੰ ਪੁੱਛਿਆ ਜਾਵੇ ਕੀ ਕਾਰਨ? ਉਹਦੇ ਰਿਸ਼ਤੇਦਾਰ ਜਿਹੜੇ ਹੈਗੇ ਉਹ ਕਹਿੰਦੇ ਵੀ ਕਿ ਸਾਡੇ ਕੋਲ ਤਲਾਕ ਦੇ ਜਾ ਕੇ ਸੈਂਡ ਕਰਾ ਲਓ, ਆਪਾਂ ਕੁੜੀ ਨੂੰ ਬੁਲਾ। ਦੇਖੋ, ਇਨਵੈਸਟੀਗੇਸ਼ਨ 'ਚ ਪਤਾ ਚੱਲੇਗਾ, ਦਰਖਾਸਤ ਆਈ ਹੈ, SHO ਸਾਹਿਬ ਡੀਲ ਕਰ ਰਹੇ ਨੇ ਉਹਨੂੰ, ਔਨ ਮੈਰਿਟ ਜੋ ਬਣਦਾ ਹੋਏਗਾ ਉਹਨਾਂ ਨਾਲ ਕਾਲ ਕੀਤੀ ਜਾਏਗੀ, ਕਾਲ ਕਰਕੇ ਉਹਨਾਂ ਨੂੰ ਪੁੱਛਿਆ ਜਾਏਗਾ ਕੀ ਰੀਜ਼ਨ। ਹਾਲਾਂਕਿ ਹੁਣ ਲਾੜਾ ਪੂਰੀ ਤਰ੍ਹਾਂ ਨਾਲ ਕੁੜੀ 'ਤੇ ਇਲਜ਼ਾਮ ਲਾ ਰਿਹਾ, ਪਰ ਮਾਮਲੇ ਦਾ ਅਸਲ ਪਤਾ ਤਾਂ ਕੁੜੀ ਵਾਲੀ ਧਿਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਲੱਗ ਸਕਦਾ। ਖੈਰ, ਇਸ ਜੋੜੇ ਦੀ ਕੀ ਸੱਚਾਈ ਹੈ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ, ਪਰ ਹੋਰ ਅਨੇਕਾਂ ਹੀ ਅਜਿਹੇ ਜੋੜੇ ਨੇ ਜਿਨ੍ਹਾਂ ਨਾਲ ਮੁੰਡੇ ਜਾਂ ਕੁੜੀ ਨੇ ਬਾਹਰ ਜਾ ਕੇ ਦੰਗੇ ਕਮਾਏ, ਵਾਅਦੇ ਇੱਥੇ ਕੀਤੇ ਅਤੇ ਬਾਹਰ ਜਾਂਦਿਆਂ ਹੀ ਪਿਛਲਿਆਂ ਨੂੰ ਭੁੱਲ ਨਵਿਆਂ ਸੰਗ ਲੱਗ ਗਏ। ਅਜਿਹੇ ਵਿੱਚ ਜ਼ਿੰਦਗੀ ਦੇ ਇਸ ਅਹਿਮ ਰਿਸ਼ਤੇ ਨੂੰ ਸੋਚ ਸਮਝ ਕੇ ਅਤੇ ਜਾਂਚ ਪਰਖ ਕੇ ਹੀ ਜੋੜਨ ਵਿੱਚ ਸਮਝਦਾਰੀ ਦਿਖਦੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।